ਪਿਆਰੇ ਦਰਸ਼ਕਾਂ ਦੇ ਇਸ ਖਾਸ ਪੇਸ਼ਕਸ਼ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅਕਸਰ ਸਾਨੂੰ ਬਹੁਤ ਸਾਰੇ ਦਰਸ਼ਕਾਂ ਦੇ ਇਹੋ ਜਿਹੇ ਸਵਾਲ ਮਿਲਦੇ ਆ ਕਿ ਅਸੀਂ ਡਰਾਈਵਿੰਗ ਸਿੱਖਣਾ ਚਾਹੁੰਦੇ ਆ ਵਿਦੇਸ਼ ਵਿੱਚ ਜਾਣਾ ਚਾਹੁੰਦੇ ਆ ਟਰਾਲਾ ਚਲਾਉਣਾ ਵੱਡੇ ਵਾਹिकल्स ਜਿਹੜੇ ਆ ਜੀਸੀਬੀ ਅਸੀਂ ਜਿਹੜੀ ਇਹੋ ਜਿਹੇ ਸਾਰੇ ਜਿਹੜੇ ਉਹਦੀ ਟ੍ਰੇਨਿੰਗ ਕਰਨੀ ਚਾਹੁੰਦੇ ਆ ਲੇਕਿਨ ਸਾਨੂੰ ਕੋਈ ਪਲੈਟਫਾਰਮ ਨਹੀਂ ਮਿਲ ਰਿਹਾ ਕਿੱਥੇ ਅਸੀਂ ਟ੍ਰੇਨਿੰਗ ਲੈ ਸਕਦੇ ਆ ਔਰ ਕਿਸ ਤਰੀਕੇ ਨਾਲ ਵਿਦੇਸ਼ ਵਿੱਚ ਜਾ ਕੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਆਪਣਾ ਕੈਰੀਅਰ ਬਣਾ ਸਕਦੇ ਆ ਸੋ ਅੱਜ ਬਹੁਤ ਹੀ ਖਾਸ ਮੌਕਾ ਔਰ ਅਸੀਂ ਇਹੋ ਜਿਹੇ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਜਿਨ੍ਹਾਂ ਨੇ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਮੇਰੀ ਮੁਰਾਦਾ ਸਰਦਾਰ ਕੁਲਦੀਪ ਸਿੰਘ ਢਿੱਲੋਂ ਜੋ ਕਿ ਮੈਨੇਜਿੰਗ ਡਾਇਰੈਕਟਰ ਨੇ ਹੈਵੀ ਮੋਟਰ ਵਹੀਕਲ ਜਿਹੜੇ ਆ ਇਹਨਾਂ ਦਾ ਟ੍ਰੇਨਿੰਗ ਐਂਡ ਡਰਾਈਵਿੰਗ ਸਕੂਲ ਜਲੰਧਰ ਸਰ ਬਹੁਤ-ਬਹੁਤ ਸਵਾਗਤ ਆ ਸਰ ਪਿਆਰੇ ਦਰਸ਼ਕਾਂ ਨੂੰ ਬੋਤ ਬੋਤ ਪਿਆਰਪਰੀ ਸਤਿ ਸ੍ਰੀ ਅਕਾਲ ਸਰ ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਆ ਉਹ ਵਿਦੇਸ਼ ਜਾ ਕੇ ਅਕਸਰ ਸੁਣਦੇ ਆ ਕਿ ਉੱਥੇ ਟਰਾਲਾ ਇੱਕ ਬਹੁਤ ਵੱਡਾ ਕੈਰੀਅਰ ਹੈਗਾ ਟਰੱਕ ਚਲਾਉਣਾ ਬਹੁਤ ਵੱਡਾ ਕੈਰੀਅਰ ਹੈ ਜਿਸ ਦੇ ਨਾਲ ਬਹੁਤ ਸਾਰੇ ਪੈਸੇ ਕਮਾਏ ਜਾ ਸਕਦੇ ਆ ਲੇਕਿਨ ਕੋਈ ਪਲੇਟਫਾਰਮ ਨਹੀਂ ਹੈ ਕਿ ਉਹ ਇਹੋ ਜਿਹੀ ਜਿਹੜੀ ਗੱਡੀ ਆ ਉਸ ਦੀ ਡਰਾਈਵਿੰਗ ਸਿੱਖ ਸਕਣ ਤੁਸੀਂ ਇਹਨਾਂ ਦਾ ਹੱਲ ਕੀਤਾ ਸੋ ਕਿੱਥੇ ਕਿੱਥੇ ਤੁਹਾਡੇ ਸੈਂਟਰ ਚੱਲ ਰਹੇ ਆ ਔਰ ਕਿਸ ਤਰੀਕੇ ਨਾਲ ਟ੍ਰੇਨਿੰਗ ਦਿੰਦੇ ਆ ਸਾਡੇ ਜੀ ਦੇ ਅੰਦਰ ਦੇ ਵਿੱਚ 4 ਟਰੈਕ ਚੱਲ ਰਹੇ ਆ ਇੱਕ ਅਸੀਂ ਪੰਜਵਾਂ ਸਟਾਰਟ ਕਰਨ ਲੱਗੇ ਆ ਸਾਡੇ ਕੋ ਪੜੇ ਲਿਖੇ ਜਿਹੜੇ ਇਨਸਟ੍ਰਕਟਰ ਹੈਗੇ ਨੇ ਇਸ ਕਾਲਨ ਵਾਲੇ ਨੇ ਔਰ ਸਟੂਡੈਂਟ ਸਾਡੇ ਬਹੁਤ ਹੈਪੀ ਜਾ ਰਹੇ ਸਾਰੇ ਪਹਿਲਾ ਟਰੈਕ ਸਾਡਾ ਲੰਮੇ ਪਿੰਡ ਚੌਂਚ ਹੈਗਾ ਦੂਜਾ ਸਾਡਾ ਰੰਮ ਮੰਡੀ ਦੇ ਕੋਲ ਆ ਪੋਜੋ ਵਾਲ ਪਿੰਡ ਦੇ ਵਿੱਚ ਤੀਜਾ ਸਾਡਾ ਸ਼੍ਰੀ ਸ਼ੰਕਰ ਆ ਜੀ ਨਕੋਦਰ ਦੇ ਨਾਲ ਲੱਗੇ ਪੈਂਦਾ ਚੌਥਾ ਟਰੈਕ ਅਸੀਂ ਜਲੰਧਰ ਤੋਂ ਚੰਡੀਗੜ੍ਹ ਰੋਡ ਤੇ ਸਟਾਰਟ ਕੀਤਾ ਹੈ ਔਰ ਸਾਡੇ 8 ਘੋੜੇ ਟਰਾਲੇ ਹੈਗੇ ਜੀ 18 ਟਾਇਰੀ ਘੋੜੇ ਟਰਾਲੇ ਨੇ ਜਿਨ੍ਹਾਂ ਦੀ ਅਸੀਂ ਮੁੱਲ ਕੇ ਏ ਤੋਂ ਲੈ ਕੇ ਜेड ਤੱਕ ਪੂਰੀ ਪ੍ਰੈਕਟਿਸ ਕਰਾਉਣੀ ਆ ਉਹਦੇ ਇਲਾਵਾ ਰੂਟ ਸਾਈਨ ਡਰਾਈਵਿੰਗ ਰੂਲ ਟ੍ਰੈਫਲ ਸਾਈਨ ਮੋਟਰ ਵਹੀਕਲ ਐਕਟ ਜਾਂ ਕੁਝ ਵੀ ਗੱਡੀ ਬਾਰੇ ਗੱਡੀ ਖਰਾਬ ਹੋ ਜਾਂਦੀ ਆ ਆਪਾਂ ਉਹਨੂੰ ਕਿਸ ਤਰ੍ਹਾਂ ਠੀਕ ਕਰਨਾ ਹਰੇਕ ਚੀਜ਼ ਦਾ ਦੱਸਦੇ ਆ ਬੈਕ ਕਿੱਦਾਂ ਲਾਉਣੀ ਆ ਐਲ ਕਿੱਦਾਂ ਪਾਉਣੀ ਆ ਜਾਂ ਯੂ ਕਿੱਦਾਂ ਪਾਉਣਾ ਕਿਉਂਕਿ ਬਾਹਰ ਜਾ ਕੇ ਲਾਇਸੈਂਸ ਲੈਣਾ ਹੁੰਦਾ ਉਹ ਸਾਨੂੰ ਬੜਾ ਔਖਾ ਲੱਗਦਾ ਜੇ ਇੱਥੇ ਤੋਂ ਟ੍ਰੇਨਿੰਗ ਪ੍ਰਪ ਕੀਤੀ ਹੋਏਗੀ ਸਾਨੂੰ ਉੱਥੇ ਲਾਇਸੈਂਸ ਲੈਣਾ ਬਹੁਤ ਈਜ਼ੀ ਰਹੇਗਾ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਟਰਾਲਾ ਜਿਹੜਾ ਹੈ ਇੱਕ ਵੱਡਾ ਵਾਹਾਈਕਲ ਔਰ ਉਹਦੀ ਜਿਹੜੀ ਟ੍ਰੇਨਿੰਗ ਆ ਬੜਾ ਇੰਪੋਰਟੈਂਟ ਪਾਰਟ ਆ ਔਰ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਆਣੀਆਂ ਚਾਹੀਦੀਆਂ ਤਾਂ ਹੀ ਅਸੀਂ ਟਰਾਲਾ ਜਿਹੜਾ ਚਲਾ ਸਕਦੇ ਆ ਅਕਸਰ ਜਿਹੜੇ ਸਾਡੇ ਇੱਥੇ ਵੀਰ ਬਹੁਤ ਸਾਰੇ ਜਿਹੜੇ ਵਿਦੇਸ਼ਾਂ ਦੇ ਕਈ ਵਾਰੀ ਉਹਨਾਂ ਨੂੰ ਟਰਾਲਾ ਚਲਾਉਣਾ ਆਉਂਦਾ ਹੁੰਦਾ ਲੇਕਿਨ ਉਹਨਾਂ ਕੋਲ ਸਰਟੀਫਿਕੇਸ਼ਨ ਨਹੀਂ ਹੁੰਦੇ ਸਰਟੀਫਿਕੇਸ਼ਨ ਹੋਣਾ ਕਿੰਨਾ ਕੁ ਜ਼ਰੂਰੀ ਔਰ ਕਿੰਨਾ ਕੁ ਲਾਹੇਵੰਦ ਆ ਸਾਡੇ ਦਰਸ਼ਕਾਂ ਦੇਖੋ ਸਿੱਖਣ ਦਾ ਤਾਂ ਤਾਂ ਹੀ ਫਾਇਦਾ ਜੇ ਸਾਨੂੰ ਸਰਟੀਫਿਕੇਟ ਮਿਲੇਗਾ ਜੀ ਸਰਟੀਫਿਕੇਟ ਮਿਲੇਗਾ ਸਾਡੀ ਲਾਇਸੈਂਸ ਦੇ ਉੱਪਰ ਉਹਦੀ ਐਨਡੋਸਮੈਂਟ ਹੋ ਜਾ ਜਾਸੀ ਨੂੰ ਅਪਗ੍ਰੇਡ ਕਰ ਸਕਦੇ ਆ ਸਾਡੇ ਕੋ ਕੈਟਾਗਰੀ ਕਾਰ ਦੀ ਹੈਗੇ ਲਾਇਸੈਂਸ ਦੀ ਅਸੀਂ ਉਹਨੂੰ ਹੈਵੀ ਤਾਂ ਹੀ ਕਰ ਸਕਦੇ ਆ ਜੇ ਸਾਡੇ ਕੋ ਕਿਸੇ ਮਾਨਤਾ ਪ੍ਰਾਪਤ ਸਕੂਲ ਦਾ ਸਰਟੀਫਿਕੇਟ ਹੋਇਆ ਗਿਆ ਉਹ ਅਸੀਂ ਐਮ ਪ੍ਰਵਾਨ ਦੇ ਉੱਪਰ ਜਾ ਕੇ ਉਹਨੂੰ ਅਸੀਂ ਅਪਲੋਡ ਕਰਾਂਗੇ ਉਸ ਤੋਂ ਬਾਅਦ ਸਾਡੇ ਲਾਇਸੈਂਸ ਦੇ ਉੱਪਰ ਉਹਦੀ ਕੈਟਾਗਰੀ ਚੜ ਜਾਏਗੀ ਸਰਟੀਫਿਕੇਟ ਹੋਣਾ ਵੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈਗਾ ਜੀ ਸਾਡਾ ਲਾਇਸੈਂਸ ਜਿਹੜਾ ਹੈਗਾ ਸਾਡੇ ਪੰਜਾਬ ਗਵਰਨਮੈਂਟ ਤੋਂ ਲੱਗਾ ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਦਰਸ਼ਕ ਜਿਹੜੇ ਆ ਵਿਦੇਸ਼ਾਂ ਵਿੱਚ ਜਾਂਦੇ ਆ ਲੇਕਿਨ ਮਾਨਤਾ ਪ੍ਰਾਪਤ ਸਰਟੀਫਿਕੇਟ ਨਾ ਹੋਣ ਕਰਕੇ ਕਈ ਵਾਰੀ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਹ ਸੈਂਟਰ ਬਹੁਤ ਜ਼ਿਆਦਾ ਲਾਹੇਵੰਦ ਹੈ ਸਿਰ ਪੰਜਾਬ ਦੇ ਦੂਰ ਦਰਾਡੇ ਤੋਂ ਬਹੁਤ ਸਾਰੇ ਲੋਕ ਜਿਹੜੇ ਚਾਹਦੇ ਆ ਕਿ ਅਸੀਂ ਇਹਨਾਂ ਟਰੈਕਸ ਦਾ ਫਾਇਦਾ ਉਠਾ ਸਕੀਏ ਇਹਨਾਂ ਦੇ ਕੋਲੋਂ ਟ੍ਰੇਨਿੰਗ ਹਾਸਲ ਕਰ ਸਕੀਏ ਉਹ ਤੁਹਾਡੇ ਕੋ ਲਗ ਰਹਾਂਦੇ ਆ ਤਾਂ ਕੀ ਕੀ ਸੁਵਿਧਾਵਾਂ ਕੀ ਕੀ ਤੁਸੀਂ ਫੈਸਿਲਿਟੀਆਂ ਆਪਣੇ ਸਾਰੇ ਸਟੂਡੈਂਟਸ ਨੂੰ ਪ੍ਰੋਵਾਈਡ ਕਰਦੇ ਸਾਡੇ ਸਟੂਡੈਂਟ ਜਿੰਨੇ ਵੀ ਆ ਰਹੇ ਜੀ ਬੱਚੇ ਕੋਈ ਦਿੱਲੀ ਤੋਂ ਆ ਰਹੇ ਆ ਜੀ ਕੋਈ ਰਾਜਸਥਾਨ ਤੋਂ ਆ ਰਹੇ ਆ ਕੋਈ ਹਿਮਾਚਲ ਤੋਂ ਆ ਰਹੇ ਆ ਕੋਈ ਜੰਮੂ ਤੋਂ ਆ ਰਹੇ ਆ ਕੋਈ ਪੰਜਾਬ ਤੋਂ ਦੂਦਰਾਡੇ ਤੋਂ ਬਠਿੰਡੇ ਤੋਂ ਆ ਰਹੇ ਨੇ ਪਟਿਆਲੇ ਤੋਂ ਆ ਰਹੇ ਨੇ ਅਸੀਂ ਉਹਨਾਂ ਵਾਸਤੇ ਹੋਸਟਲ ਫੈਸਿਲਿਟੀ ਬਿਲਕੁਲ ਫ੍ਰੀ ਰੱਖੀ ਹੈ ਜੀ ਰੂਮ ਬਣੇ ਨੇ ਬੈੱਡ ਲੱਗੇ ਨੇ ਅਸੀਂ ਉਹਦਾ ਕੋਈ ਚਾਰਜ ਨਹੀਂ ਲੈਂਦੇ ਹੈਗੀ ਟੀਵੀ ਲੱਗੇ ਨੇ ਜੀ ਬਾਕੀ ਜਿੱਥੇ ਸਾਰੇ ਟਰੈਕ ਹੈਗੇ ਇਸ ਨੂੰ ਛੱਡਣ ਦਾ ਲਿਉਣ ਦਾ ਜਾਂ ਖੜਨ ਦਾ ਪ੍ਰਬੰਧ ਹੀ ਸਾਡੀ ਗੱਡੀਆਂ ਲੱਗੀਆਂ ਨਾਲ ਉਹ ਇਹੀ ਯਾਪ ਕਰਦੇ ਹੈਗੇ ਆ ਜੀ ਤਿੰਨ ਟਾਈਮ ਸਾਡਾ ਖਾਣਾ ਹੁੰਦਾ ਇਸ ਵੇਰੇ ਬ੍ਰੇਕਫਾਸਟ ਹੁੰਦਾ ਤੇ ਦੁਪਹਿਰ ਨੂੰ ਲੰਚ ਹੁੰਦਾ ਰਾਤ ਨੂੰ ਡਿਨਰ ਹੁੰਦਾ ਤੇ ਤਿੰਨਾਂ ਟਾਈਮ ਦਾ ਅਸੀਂ ਸਿਰਫ 90 ਰੁਪਏ ਚਾਰਜ ਕਰਦੇ ਆ ਜੀ ਜਿਆਦਾ ਇੱਕ ਕੋਸ ਮਹੀਨੇ ਦੀ 700 ਰੁਪਏ ਬੰਦੀ ਹੈ ਬਹੁਤ ਹੀ ਸਬਸਿਡਾਈਜ਼ਡ ਬਹੁਤ ਹਾਂ ਜੀ ਹਾਂ ਜੀ ਅਕਸਰ ਅਕਸਰ ਤੁਸੀਂ ਵੱਡੇ ਵਾਈਕਲ ਦੇ ਵਾਸਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਚਾਹਬਾਨ ਹੁੰਦੇ ਆ ਐਸੋ ਲਈ ਹਿਮਾਚਲ ਚ ਤੁਸੀਂ ਦੇਖਦੇ ਆਂ ਬੜਾ ਡਿਜ਼ਾਸਟਰ ਹੋ ਰਿਹਾ ਔਰ ਉਹਦੇ ਬਾਅਦ ਸੇ ਵੱਡੀਆਂ ਵੱਡੀਆਂ ਮਸ਼ੀਨਾਂ ਦੀ ਲੋਡ ਜਿਹੜੀ ਹੁੰਦੀ ਆ ਜੀਸੀਬੀ ਇਹਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਸੋ ਜੀਸੀਬੀ ਦੀ ਡਰਾਈਵਿੰਗ ਵੀ ਬੜੀ ਟੈਕਨੀਕਲ ਡਰਾਈਵਿੰਗ ਹੈ ਕੀ ਤੁਸੀਂ ਇਹਦੇ ਵਾਸਤੇ ਵੀ ਟ੍ਰੇਨ ਕਰਦੇ ਹੋ ਜਿਹੜੇ ਸਾਡੇ ਸਟੂਡੈਂਟਸ ਹੈਗੇ ਹਾਂ ਹਾਂਜੀ ਜੀ ਬੈਕ ਲੋਡ ਜੀਸੀਬੀ ਹੈਗੀ ਮਸ਼ੀਨਾਂ ਜਿਹਨੂੰ ਆਪਾਂ ਮਿੱਟੀ ਪੁੱਟਣ ਵਾਲੀ ਮਸ਼ੀਨਾਂ ਕਹਿ ਦਿੰਨੇ ਆ ਇਸ ਤੋਂ ਇਲਾਵਾ ਇੱਕ ਬੈਕ ਲੋਡ ਐਕਸਵੇਟਰ ਹੁੰਦੀ ਜੀ ਪੋਕਲੈਨ ਹੁੰਦੀ ਆ ਉਹ ਵੀ ਸਾਡੇ ਕੋਲ ਮਸ਼ੀਨ ਹੈਗੀ ਆ ਜੀ ਇਹ ਸਾਰੀਆਂ ਕੰਮ ਮਸ਼ੀਨਾਂ ਕਰਦੀਆਂ ਜਿੱਦਾਂ ਕਿ ਮਤਲਬ ਕਿ ਮਿੱਟੀ ਪੁੱਟਣ ਵਾਸਤੇ ਜਾਂ ਪਹਾੜਾਂ ਦੀ ਖਦਾਈ ਵਾਸਤੇ ਕੰਮ ਕਰਦੀਆਂ ਇਹਨਾਂ ਦੀ ਸਾਡੀ ਸਿੱਖਿਆ ਹਜਰੀ ਹੈਗੀ ਉਤਗ੍ਰਹਿ ਮਨੇ ਇੱਕ ਮਹੀਨੇ ਦੀ ਹੈਗੀ ਹੈ ਔਰ ਵਧੀਆ ਤਰੀਕੇ ਨਾਲ ਸਟੂਡੈਂਟ ਸਾਡੇ ਕਿਥੋਂ ਸਿੱਖ ਕੇ ਇੱਥੇ ਆਪਣੇ ਦੇਸ਼ ਵਿੱਚ ਵੀ ਇੱਥੇ ਦੇ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਬਹੁਤ ਵਧੀਆ ਰੋਜ਼ਗਾਰ ਕਮਾਰੇ ਨੇ ਅਸੀਂ ਸਿੱਖੋਂ ਤੋਂ ਬਾਅਦ ਉਹਨਾਂ ਨੂੰ ਸਰਟੀਫਿਕੇਟ ਨਾਲ ਦੇਵਾਂਗੇ ਜਿਹਦੇ ਉੱਪਰ ਉਹਦੀ ਲਾਇਸੈਂਸ ਤੇ ਉੱਪਰ ਅਨੋਮੈਂਟ ਵੀ ਹੋ ਜਾਏਗੀ ਔਰ ਬਾਹਰ ਵਾਸਤੇ ਵੀ ਉਹਦੀ ਪੂਰੀ ਮਾਨਤਾ ਹੁੰਦੀ ਹੈ ਜੀ ਅਕਸਰ ਸਾਡੀਆਂ ਗ੍ਰੈਂਡੀਆਂ ਜੜੀਆਂ ਉਹ ਘਰ ਦੇ ਵਿੱਚ ਚਾਹੇ ਛੋਟਾ ਵਹੀਕਲ ਹੋਵੇ ਵੱਡਾ ਹੋਵੇ ਉਹਨਾਂ ਦੀ ਚਾਹ ਵੀ ਹੁੰਦੀ ਹੈ ਕਿ ਐਸੀ ਸਿੱਖਣਾ ਛੋਟਾ ਵਹੀਕਲ ਐਕਟਵਾ ਤੋਂ ਵੀ ਅਸੀਂ ਦੇਖਦੇ ਗਾ ਟ੍ਰੇਨਿੰਗ ਪੀਰੀਅਡ ਸ਼ੁਰੂ ਹੁੰਦਾ ਕਈ ਵਾਰ ਲੇਡੀਜ਼ ਨੇ ਐਕਟਵਾ ਜਿਹੜੀ ਆ ਉਹ ਉਸ ਨਾਲ ਨੌਕਰੀ ਤੇ ਜਾਣਾ ਐਕਟਵਾ ਨਹੀਂ ਹੁੰਦਾ ਇਹ ਨਾ ਛੋਟੇ ਛੋਟੇ ਵਹੀਕਲ ਦੀ ਟ੍ਰੇਨਿੰਗ ਵੀ ਤੁਸੀਂ ਪ੍ਰੋਵਾਈਡ ਕਰਦੇ ਹੋ ਕਿਸ ਤਰੀਕੇ ਦੇ ਨਾਲ ਇਹ ਸਾਰੀ ਚੀਜ਼ ਨੂੰ ਫੇਸ ਕਰ ਅਸੀਂ ਜੀ ਇਹ ਦੋ ਸਾਲ ਤੋਂ ਅਸੀਂ ਉਹਨਾਂ ਦਾ ਕਸਾੜੋ ਕਾਫੀ ਟਰਮਾਡ ਆ ਰਹੀ ਸੀ ਕਿ ਐਕਟਵਾ ਦੀ ਜਾਂ ਬੁੱਲਡ ਮੋਟਰਸਾਈਕਲ ਦੀ ਵੀ ਸਾਨੂੰ ਸਿੱਖਿਆ ਲੈਣੀ ਹੈਗੀ ਹੈ ਮਤਲਬ ਕਿ ਪੰਜਾਬ ਦੇ ਵਿੱਚ ਕੋਈ ਸਕੂਲ ਨਹੀਂ ਸਾਨੂੰ ਸਿਖਾ ਰਿਹਾ ਹੈਗਾ ਔਰ ਅਸੀਂ ਇਹਦੀ ਸਪੈਸ਼ਲ ਜਰੀ ਹੈਗੀ ਆਪਣਾ ਟਰੈਕ ਬਣਾਇਆ ਹੈਗਾ ਉਹਦੇ ਵਿੱਚ ਅਸੀਂ ਐਕਟਵਾ ਦੀ ਤੇ ਬੁੱਲਡ ਮੋਟਰਸਾਈਕਲ ਦੀ ਜਰੀ ਅਸੀਂ 2 ਹਫਤੇ ਦਾ ਜਾਂ 1 ਹਫਤੇ ਦਾ ਕੋਰਸ ਰੱਖਿਆ ਟ੍ਰੇਨਿੰਗ ਦਿੰਨੇ ਆ ਜੀ ਔਰ ਬਹੁਤ ਵਧੀਆ ਟ੍ਰੇਨਿੰਗ ਜਰੀ ਸਾਡੇ ਇਨਸਟ੍ਰਕਟਰ ਦੇ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਸਿਖਾ ਰਹੇ ਸਿਰ ਜਿਸ ਤਰ੍ਹਾਂ ਮਾਨਤਾ ਪ੍ਰਾਪਤ ਜਦੋਂ ਸਰਟੀਫਿਕੇਸ਼ਨ ਦੀ ਗੱਲ ਆਉਂਦੀ ਤਾਂ ਕਿਸੇ ਨਾ ਕਿਸੇ ਗਵਰਨਮੈਂਟ ਵੀ ਇਨਵ ਕੀ ਆਰਟੀਓ ਡਿਪਾਰਟਮੈਂਟ ਜਾਂ ਸਰਕਾਰ ਵੱਲੋਂ ਕੋਈ ਨੁਮਾਇੰਦੇ ਵੀ ਆ ਕੇ ਤੁਹਾਡੇ ਬੱਚਿਆਂ ਨੂੰ ਅਡਰੈਸ ਕਰਦੇ ਆ ਕੋਈ ਜਾਣਕਾਰੀ ਦਿੰਦੇ ਆ ਕੋਈ ਟ੍ਰੇਨਿੰਗ ਦਾ 파ਟ ਬੰਦਦੇ ਬਿਲਕੁਲ ਸਰ ਜੀ ਸਹੀ ਹੈ ਸਾਡੇ ਮਤਲਬ ਕਿ origional transport officer ਨੇ ਆਰਟੀਓ ਸਾਹਿਬ ਨੇ ਮੋਟਰ ਵਹੀਕਲ ਇਨਸਪੈਕਟਰ ਨੇ ਜਿਹੜੇ ਸਾਡੇ ਤਕਰੀਬ ਨੂੰ ਹਰ ਮਹੀਨੇ ਬਾਅਦ ਜਾਂ ਦੋ ਹੀ ਤੇ ਮਹੀਨੇ ਤਿੰਨ ਹੀ ਮਹੀਨੇ ਆ ਕੇ ਸਾਡੀ ਸਕੂਲ ਦੀ ਚੈਕਿੰਗ ਕਰਦੇ ਨੇ ਉਹ ਸਾਡੇ ਟਰੈਕਾਂ ਦੇ ਉੱਪਰ ਵੀ ਜਾ ਕੇ ਦੇਖਦੇ ਨੇ ਔਰ ਕਹਿੰਦੇ ਬਹੁਤ ਵਧੀਆ ਤੁਸੀਂ ਸਕਾਰੇ ਜੀ ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਰੂਲ ਨਵੇਂ-ਨਵੇਂ ਮੋਟਰ ਵਾਈਕਲ ਐਕਟ ਜਿਹੜਾ ਐਸ ਵੇਲੇ ਇੰਟਰੋਡਿਊਸ ਕੀਤਾ ਗਿਆ ਬੜੇ ਹੈਵੀ ਫਾਈਨ ਹੈ ਅਗਰ ਅਸੀਂ ਕੋਈ ਰੂਲ ਬ੍ਰੇਕ ਕਰਦੇ ਹਾਂ ਤੋ ਉਹਦੇ ਵਾਸਤੇ ਇਹਨਾਂ ਰੂਲ ਦੀ ਜਾਣਕਾਰੀ ਇਹਨਾਂ ਸਾਰੇ ਨਿਯਮਾਂ ਦੀ ਜਾਣਕਾਰੀ ਕੀ ਟ੍ਰੇਨਿੰਗ ਦਾ ਪਾਰਟ ਹੈਗਾ ਦੇਖੋ ਜੀ ਬਹੁਤ ਹੀ ਡਰਾਈਵਰ ਜਿਹੜੇ ਜਿਹੜੇ ਚਰੋਣਾ ਗੱਡੀ ਸਿੱਖਦੇ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਡਰਾਈਵਿੰਗ ਰੂਲ ਕੀ ਹੈ ਜਾਂ ਟ੍ਰੈਫਿਕ ਸਾਈਨ ਕੀ ਨੇ ਜੀ ਉਹ ਉਹਦੀਆਂ ਗਲਤੀਆਂ ਕਰਕੇ ਫਿਰ ਉਹਨਾਂ ਨੂੰ ਭਾਰੀ ਜੁਰਮਾਨੇ ਦਾ ਆਪਾਂ ਨੂੰ ਅਦਾ ਕਰਨੇ ਪੈਂਦੇ ਹੈਗੇ ਨੇ ਅਸੀਂ ਇਹਦੇ ਜਿਹੜਾ ਡਰਾਈਵਿੰਗ ਰੂਲ ਨੇ ਟ੍ਰੈਫਿਕ ਸਾਈਨ ਨੇ ਹਾਈਵੇ ਕੋਰਸ ਨੇ ਮੋਟਰ ਵਹੀਕਲ ਐਕਟ ਨੇ ਅਸੀਂ ਇਹਦੀ ਪੂਰੀ ਮੁਲਕ ਕਲਾਸ ਲਗਾਈ ਦੀ ਹੈ ਜੀ ਜਾਂ ਕਿ ਜਿੱਥੇ ਵੀ ਅਸੀਂ ਟ੍ਰੇਨਿੰਗ ਦਿੰਦੇ ਹੈਗੇ ਆ ਉੱਥੇ ਵੀ ਸਾਡੇ ਇੰਸਟ੍ਰਕਟਰ ਹੁੰਦੇ ਨੇ ਉਹ ਹਰ ਰੋਜ਼ ਔਰ ਦੁਜੀ ਦਿਨ ਦੱਸਦੇ ਨੇ ਵੀ ਕਿਹੜੇ ਕਿਹੜੇ ਰੂਲ ਕਿੱਥੇ ਕੰਮ ਕਰਦੇ ਨੇ ਕਈ ਵਾਰੀ ਸਾਡੀ ਗਲਤੀ ਕੀਤੀ ਹੁੰਦੀ ਸਾਨੂੰ 5000 ਰੁਪਏ ਜਾਂ 10000 ਰੁਪਏ ਜੁਰਮਾਨਾ ਕਰਨਾ ਹੋ ਜਾਂਦਾ ਉਹ ਤੋਂ ਬਚਣ ਵਾਸਤੇ ਸਾਨੂੰ ਹਰੇਕ ਰੋਡ ਸਾਈਨ ਦਾ ਜਾਂ ਡਰਾਈਵਿੰਗ ਰੂਲ ਦਾ ਪਤਾ ਹੋਣਾ ਚਾਹੀਦਾ ਵੀ ਕਿਹੜਾ ਇਸ਼ਾਰੇ ਤੇ ਅਸੀਂ ਕਿੱਥੇ ਰੁਕਣਾ ਔਰ ਕਿੱਥੇ ਇਸ਼ਾਰਾ ਕਿਹੜਾ ਲੱਗਾਗਾ ਜੀ ਹਾਂਜੀ ਸਰ ਅੱਜਕੱਲ ਵਿਦਆਊਟ ਗੀਅਰ ਗੱਡੀਆਂ ਵੀ ਜੜੀਆਂ ਇੰਟਰੋਡਿਊਸ ਹੋ ਗਈਆਂ ਸੋ ਇਹਨਾਂ ਵਾਸਤੇ ਕੀ ਕਿਉਂਕਿ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਈ ਵਾਰੀ ਜਿਹੜਾ ਕਲੱਚ ਦੀ ਵਿਵਸਥਾ ਜਾਂ ਦੂਸਰਾ ਕਿਸ ਤਰੀਕੇ ਦੇ ਨਾਲੋਂ ਪੈਰ ਰੱਖਣਾ ਇਹ ਟੈਕਨੀਕਲ ਜਿਹੇ ਪੁਆਇੰਟਸ ਹੈਗੇ ਕਿ ਇਹਨਾਂ ਦੀ ਟ੍ਰੇਨਿੰਗ ਵੀ ਤੁਸੀਂ ਦਿੰਦੇ ਹੋ ਹਾਂਜੀ ਸਰ ਜੀ ਅਸੀਂ ਮਤਲਬ ਕਿ ਆਟੋਮੈਟਿਕ ਕਾਰ ਵੀ ਰੱਖੀ ਹੈ ਜੀ ਤੇ ਮੈਨੂਅਲ ਕਾਰ ਵੀ ਹੈਗੇ ਦੋਨਾਂ ਗੱਡੀਆਂ ਦੀ ਟ੍ਰੇਨਿੰਗ ਦਿੰਦੇ ਹੈਗੇ ਦੋਨਾਂ ਟਾਈਪ ਗੱਡੀਆਂ ਦੀ ਟ੍ਰੇਨਿੰਗ ਦਾ ਜਿਹੜਾ ਪੀਰੀਅਡ ਹੈਗਾ ਉਹ 15 ਤੋਂ 1 ਮਹੀਨਾ ਦਾ ਚੱਲਦਾ ਹੈ ਕਿਉਂਕਿ ਅੱਜ ਕੱਲ ਜਿਹੜੇ ਸਟੂਡੈਂਟ ਸਾਡੇ ਕੋਲ ਆ ਰਹੇ ਉਹ ਤਕਰੀਬਨ ਬਾਹਰ ਜਾਣ ਦਾ ਜਾਰੀ ਕਰੇਜ਼ ਹੈਗੀ ਉਹਨਾਂ ਦੀ ਕਿ ਅਸੀਂ ਬਾਹਰ ਦੇ ਆਟੋਮੈਟਿਕ ਚਲਾਉਣੀ ਹੈਗੀ ਔਰ ਅਸੀਂ ਨਵੀਆਂ ਗੱਡ ਸਰ ਬਹੁਤ ਵਰੀ ਇਹੋ ਜਿਹਾ ਹੁੰਦਾ ਕਿ ਵਿਦਿਆਰਥੀ ਜਾਂਦਾ ਮੈਂ ਡਰਾਈਵਿੰਗ ਸਿੱਖਣੀ ਹੈ ਦੇ ਨਾਲ ਨਾਲ ਮੈਂ ਕੋਈ ਹੋਰ ਲੋੜਿੰਦਾ ਜਿਹੜਾ ਕੰਮ ਤੰਦਾ ਵੀ ਸਿੱਖ ਲਵਾਂ ਸਕਿੱਲ ਸਿੱਖ ਲਵਾਂ ਚਾਹੇ ਬਿਲਡਿੰਗ ਦੀ ਹੋਵੇ ਚਾਹੇ ਕੋਈ ਹੋਰ ਇਹਦੇ ਨਾਲ ਕੀ ਤੁਹਾਡੇ ਵੱਲੋਂ ਕੋਈ ਇਹੋ ਜਿਹਾ ਹੋਰ ਕੋਰਸੇਜ਼ ਵੀ ਆਫਰ ਕੀਤੇ ਜਾਂਦੇ ਵਿਦਿਆਰਥੀ ਹਾਂਜੀ ਸਰ ਜੀ ਸਾਡੇ ਕੋਲ ਜਿਦਾਂ ਵੈਲਡਰ ਆ ਫਾਇਰ ਸੇਫਟੀ ਦਾ ਹੈ ਪਲੰਬਰ ਦਾ ਹੈ ਇਲੈਕਟ੍ਰੀਸ਼ੀਅਨ ਦਾ ਅਸੀਂ ਇਦਾਂ ਡਿਪਲੋਮੇ ਜਿਦਾਂ ਸਰਟੀਫਿਕੇਸ਼ਨ ਕੋਰਸ ਸਾਡੇ ਕੋਲ ਹੈ ਜੀ ਜਿਹੜੀ ਕਿ 3 ਮਹੀਨੇ ਦੀ ਵੀ ਹੈਗੀ ਐ 6 ਮਹੀਨੇ ਦੀ ਵੀ ਐ 1 ਸਾਲ ਦੀ ਵੀ ਹੈਗੀ ਐ ਸਾਡੇ ਕੋ ਕਾਫੀ ਸਟੂਡੈਂਟ ਸਿੱਖਦੇ ਨੇ ਔਰ ਸਿੱਖ ਕੇ ਵਧੀਆ ਤਰੀਕੇ ਨਾਲ ਸਾਡੇ ਤੇ ਵੀ ਕੰਮ ਕਰ ਰਹੇ ਨੇ ਕੋ ਕਾਫੀ ਪਲੇਸਮੈਂਟ ਸਾਡੇ ਕੋ ਆਉਂਦੀ ਹੈਗੀ ਅਸੀਂ ਉੱਥੇ ਵੀ ਨੌਕਰੀਆਂ ਲਵਾਈਆਂ ਹੈਗੀਆਂ ਕਈ ਆਪਣਾ ਕਾਰੋਬਾਰ ਖੋਲ ਲੈਂਦੇ ਨੇ ਕਈ ਵਿਦੇਸ਼ ਵਿੱਚ ਜਾ ਕੇ ਇਹਦੀ ਨੌਕਰੀ ਪ੍ਰਾਪਤ ਕਰਦੇ ਨੇ ਔਰ ਬਹੁਤ ਵਧੀਆ ਸਕਿੱਲ ਪ੍ਰਾਪਤ ਕਰਦੇ ਨੇ ਸੋ ਸਕਿੱਲ ਹੁਣ ਆਪਣੇ ਆਪ ਵਿੱਚ ਬਹੁਤ ਇੰਪੋਰਟੈਂਟ ਹੈ ਕਿਉਂਕਿ ਜਦੋਂ ਸਾਡੇ ਹੱਥ 'ਚ ਸਕਿੱਲ ਹੋਏਗੀ ਹੋਨਰ ਹੋਏਗਾ ਤਾਂ ਅਸੀਂ ਆਪਣਾ ਕੰਮ ਵੀ ਕਰ ਸਕਦੇ ਹਾਂ ਔਰ ਵਿਦੇਸ਼ ਵਿੱਚ ਜਾ ਕੇ ਵੀ ਸਾਨੂੰ ਇਸ ਦਾ ਇਹੋ ਜਿਹਾ ਕੰਮ ਦਾ ਬਹੁਤ ਜ਼ਿਆਦਾ ਲਾਭ ਜਿਹੜਾ ਹੈ ਉਹ ਸਾਨੂੰ ਮਿਲਦਾ ਹੈ ਸਰ ਕਿੰਨੇ ਕ ਮੁਲਕਾਂ 'ਚ ਤੁਸੀਂ ਸੋਚੋ ਤੁਹਾਡੇ ਵਿਦਿਆਰਥੀ ਇਸ ਵੇਲੇ ਪਹੁੰਚ ਚੁੱਕੇ ਔਰ ਕਿੰਨੀ ਕ ਤਾਦਾਦ ਦੇ ਵਿੱਚ ਆਪਣਾ ਬਿਹਤਰ ਜੀਵਨ ਜਿਹੜਾ ਉਹ ਲੀਡ ਕਰ ਰਹੇ ਸਾਡਾ ਸਾਰਾ ਸੰਸਥਾ ਜੀ ਹੈਗੀ ਨੈਸ਼ਨਲ ਇੰਜੀਨੀਅਰਿੰਗ ਕਾਲਜ ਦੇ ਨਜ਼ਦੀਕ ਬਸਟੇਂ ਜਲੰਧਰ ਹੈ ਜਿਹੜੀ ਕਿ 1978 ਤੋਂ ਲਗਾਤਾਰ ਚੱਲ ਰਹੀ ਹੈਗੀ ਔਰ ਟਾਈਮ ਤੋਂ ਟਾਈਮ ਸਾਡੇ ਲਾਇਸੈਂਸ ਰੀਨਿਊਲ ਹੋ ਰਹੇ ਨੇ ਤੇ ਇੱਥੇ ਤੇ ਹਜ਼ਾਰਾਂ ਲੱਖਾਂ ਤਦਾਰ ਦੇ ਸਟੂਡੈਂਟ ਸਿੱਖ ਕੇ ਵਿਦੇਸ਼ਾਂ ਦੇ ਵਿੱਚ ਆਪਣਾ ਵਧੀਆ ਰੋਜ਼ਗਾਰ ਕਮਾਰੇ ਨੇ ਔਰ ਇੱਥੇ ਵੀ ਬਹੁਤ ਸੈਟਲ ਨੇ ਕੀ ਜੀ ਔਰ ਵਧੀਆ ਤਰੀਕੇ ਨਾਲ ਚੱਲ ਰਹੇ ਹੁਣ ਇਹ ਮੰਨ ਲਓ ਕਿਸੇ ਲੇਡੀ ਨੇ ਤੁਹਾਡੇ ਕੋਲ ਐਕਟਿਵਾ ਦੀ ਟ੍ਰੇਨਿੰਗ ਲੈ ਲਈ ਹੁਣ ਉਹਨੇ ਆਪਣਾ ਲਾਇਸੈਂਸ ਬਣਾਣਾ ਜਾਂ ਕਿਸੇ ਬੰਦੇ ਨੇ ਟਰਾਲਾ ਸਿੱਖ ਲਿਆ ਤਾਂ ਉਸ ਤੋਂ ਬਾਅਦ ਹੁਣ ਲਾਇਸੈਂਸ ਲਈ ਅਪਲਾਈ ਕਰਨਾ ਹੈ ਵੀ ਲਾਇਸੈਂਸ ਲੈਣਾ ਹੈ ਕੀ ਉਹਨਾਂ ਵਿੱਚ ਵੀ ਤੁਸੀਂ ਸਹੂਲਤ ਹੈ ਉਹਨਾਂ ਨੂੰ ਸਹਾਇਤਾ ਕੁਝ ਪ੍ਰਦਾਨ ਕਰਦੇ ਹੋ ਦੇਖੋ ਗਵਰਨਮੈਂਟ ਦੇ ਰੂਲਰ ਮੁਤਾਬਕ ਅਸੀਂ ਜੇ ਲੈਕਟਵਾ ਦਾ ਜਾਂ ਸਕੂਟਰ ਦਾ ਜਾਂ ਕੋਈ ਲਾਇਸੈਂਸ ਲੈਣਾ ਹੈ ਤੇ ਉਹਦੇ ਵਾਸਤੇ ਸਾਨੂੰ ਉੱਥੇ ਟੈਸਟ ਪਾਸ ਕਰਨਾ ਪੈਂਦਾ ਜੀ ਜੇ ਸਾਨੂੰ ਅਸੀਂ ਐਕਟਵਾ ਦਾ ਲਾਇਸੈਂਸ ਲੈਣਾ ਜਾਂ ਸਕੂਟਰ ਦਾ ਲਾਇਸੈਂਸ ਲੈਣਾ ਸਾਨੂੰ ਸਕੂਟਰ ਆਉਣਾ ਆਉਣਾ ਚਾਹੀਦਾ ਜੀ ਜ਼ਿਆਦਾਤਰ ਸਟੂਡੈਂਟ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਬੋਦੀ ਚਲਾਈ ਨਹੀਂ ਹੁੰਦੀ ਉੱਥੇ ਜਾ ਕੇ ਫੇਲ ਹੋ ਜਾਂਦੇ ਨੇ ਜੀ ਔਰ ਸਾਡੇ ਕੋਲ ਸਿੱਖਣ ਤੋਂ ਬਾਅਦ ਇਹ ਹੋ ਜਾਏਗਾ ਉਹ ਫੇਲ ਨਹੀਂ ਹੋਏਗਾ ਉਹ ਪਾਸ ਹੋਏਗਾ ਜਾ ਕੇ ਉੱਥੇ ਜੀ ਉਹ ਸਟ੍ਰੈਗ ਦੇ ਵਿੱਚ ਕੋਈ ਉਹਨੂੰ ਫੇਲ ਨਹੀਂ ਕਰ ਸਕਦਾ ਹਾਂ ਜੀ ਇਹ ਸਰਕਾਰ ਦੁਆਰੇ ਜਿਹੜੀ ਹਦਾਇਤ ਹੈ ਜੀ ਕੋਈ ਵੀ ਸਟੂਡੈਂਟ ਕੋਈ ਵੀ ਬੱਚੇ ਨੇ ਲਾਇਸੈਂਸ ਲੈਣਾ ਹੋਵੇ ਤੇ ਉਹਨੂੰ ਬਗੈਰ ਉਹਦਾ ਟੈਸਟ ਸਰਕਾਰ ਦੇ ਨੁਮਾਇंदे ਲੈਂਦੇ ਨੇ ਉਹਦੇ ਵਿੱਚ ਕਿ ਉਹਨਾਂ ਨੇ ਟਰੈਕ ਬਣਾਏ ਆ ਉੱਥੇ ਜਾ ਕੇ ਉਹ ਚਲਾ ਕੇ ਦੇਖਦੇ ਨੇ ਜਿਆਦਾਤਰ ਅਗਿਆਨਤਾ ਹੋਣ ਕਰਕੇ ਪਤਾ ਨਹੀਂ ਹੁੰਦਾ ਜੀ ਜਾ ਕੇ ਫੇਲ ਹੋ ਜਾਂਦੇ ਨੇ ਇੱਕ ਵਾਰ ਨਹੀਂ ਦੋ ਦੋ ਚਾਰ ਚਾਰ ਵਾਰ ਫੇਲ ਹੁੰਦੇ ਨੇ ਪਰ ਅਸੀਂ ਤਾਂ ਹੀ ਇਹ ਸਟਾਰਟ ਕੀਤਾ ਐਕਟਵਾ ਦਾ ਤੇ ਬੁਲੇਟ ਮੋਟਰਸਾਈਕਲ ਦਾ ਕਿ ਉਹਨਾਂ ਵਾਸਤੇ ਥੋੜੀ ਚੀ ਮਿਲ ਜ ਮਿਲ ਸਕੇ ਅਸੀਂ ਐਕਟਵਾ ਦੀ ਟ੍ਰੇਨਿੰਗ ਵੀ ਰੱਖੀ ਹੈ ਜਿਹਦੇ ਦੋ ਤੋਂ ਇੱਕ ਤੋਂ ਦੋ ਪਟ ਦੀ ਹੈਗੀ ਹੈ ਤੇ ਬੁਲੇਟ ਮੋਟਰਸਾਈਕਲ ਦੀ ਵੀ ਹੈਗੀ ਹੈ ਟ੍ਰੇਨਿੰਗ ਲੈਣ ਤੋਂ ਬਹੁਤ ਬੱਚ ਸਟੂਡੈਂਟ ਜਿਹੜਾ ਹੁੰਦਾ ਜਾ ਕੇ ਉਹ ਫੇਲ ਨਹੀਂ ਹੁੰਦਾ ਜੀ ਜੀ ਸੋ ਟ੍ਰੇਨਿੰਗ ਜਿਹੜੀ ਆ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ ਕਿਉਂਕਿ ਇਸ ਦੇ ਨਾਲ ਹੀ ਅਸੀਂ ਪਰਫੈਕਟ ਹੋਣੇ ਆ ਜਦੋਂ ਵੀ ਅਸੀਂ ਕੋਈ ਜਿਹੜੀ ਡਰਾਈਵਿੰਗ ਕਰਦੇ ਆ ਸੋ ਉਹਦੇ ਵਿੱਚ ਚਾਹੇ ਉਹ ਹੈਵੀ ਵਹੀਕਲਸ ਆ ਲਾਈਟ ਵਹੀਕਲਸ ਆ ਸਾਰਿਆਂ ਦਾ ਇੱਕ ਪਲੈਟਫਾਰਮ ਦੇ ਉੱਤੇ ਹਲਗੀ ਤਾਂ ਇਹਦੇ ਨਾਲ ਦੀ ਨਾਲ ਸਕਿੱਲ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾਂਦੀ ਸਰ ਸਾਡੇ ਦੇ ਬਹੁਤ ਸਾਰੇ ਦਰਸ਼ਕ ਜਿਹੜੇ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਆ ਸੋ ਕਿਹੜੇ ਕਿਹੜੇ ਪਲੈਟਫਾਰਮਸ ਤੋਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਕੀ ਕੋਈ ਕੰਟੈਕਟ ਨੰਬਰ ਜਿਹੜਾ ਹੈਗਾ ਉਹ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਸਾਡੀ ਫੇਸਬੁੱਕ ਤੇ ਚੱਲਦਾ ਜੀ ਇੰਸਟਾਗ੍ਰam ਤੇ ਉੱਪਰ ਸਾਡਾ ਆਪਣਾ ਚੈਨਲ ਹੈਗਾ ਏ ਬਾਕੀ ਸਾਡਾ ਇੱਕ ਫ੍ਰੀ ਨੰਬਰ ਹੈਗਾ ਜਿਹੜਾ 8459184591 84591 ਤੇ ਅਸੀਂ ਕਾਲ ਕਰ ਸਕਦੇ ਆ ਤੇ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮਾਂ ਦੇ 6:30 ਤੱਕ ਸੇ ਟ੍ਰੇਨਿੰਗ ਚੱਲਦੀ ਹੈ ਕਿਸੇ ਟਾਈਮ ਦੇ ਸਟੂਡੈਂਟ ਸਾਡੇ ਕੋਲ ਆ ਕੇ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਜੀ ਸੋ ਸਾਡੇ ਦਰਸ਼ਕਾਂ ਦੀ ਸਹੂਲਤ ਬਾਸ ਤੇ ਇਹ ਨੰਬਰ ਜਿਹੜੇ ਸਕਰੀਨ ਦੇ ਉੱਤੇ ਵੀ ਅਸੀਂ ਫਲੈਸ਼ ਕਰਦੇ ਪਏ ਆ ਔਰ ਇਹ ਜਿਹੜਾ ਇਹਨਾਂ ਦਾ ਫੇਸਬੁੱਕ ਔਰ ਇੰਸਟਾਗ੍ਰam ਆ ਉਸ ਉੱਤੇ ਵੀ ਤੁਸੀਂ ਸੰਪਰਕ ਕਰਕੇ ਇਹਨਾਂ ਨਾਲ ਰਾਫਤਾ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਟ੍ਰੇਨਿੰਗ ਜਿਹੜੀ ਆ ਉਹ ਹਾਸਲ ਕਰਕੇ ਆਪਣਾ ਜੀਵਨ ਜਿਹੜਾ ਉਹ ਦੇਸ਼ ਔਰ ਵਿਦੇਸ਼ ਦੋਨਾਂ ਵਿੱਚ ਕਾਮਯਾਬ ਕੋਸਾਇਦੋ ਕੀ ਮੈਸੇਜ ਤੁਸੀਂ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋਗੇ ਤਾਂ ਕਿ ਸੇਫ ਡਰਾਈਵਿੰਗ ਵੀ ਕਰ ਸਕਣ ਅੱਛਾ ਕੈਰੀਅਰ ਵੀ ਬਣਾ ਸਕਣ ਔਰ ਵਿਦੇਸ਼ ਵਿੱਚ ਜਾ ਕੇ ਵੀ ਅਗਰ ਚਾਹਣ ਤੇ ਉਹ ਆਪਣਾ ਕੈਰੀਅਰ ਜਿਹੜਾ ਐਸਟੈਬਲਿਸ਼ ਕਰ ਸਕਣ ਦੇਖੋ ਜੀ ਚੰਗੀ ਸਿਹਤ ਸੁਨਹਿਰਾ ਭਵਿੱਖ ਖੁਸ਼ਹਾਲ ਜੀਵਨ ਸਿੱਖਣ ਲਈ ਆਓ ਤੇ ਸਿੱਖ ਕੇ ਜਾਓ ਸਾਡੇ ਕੋਲ ਬਹੁਤ ਸਾਰੇ ਸਟੂਡੈਂਟ ਆਉਂਦੇ ਨੇ ਔਰ ਇਸ ਵੇਲੇ ਬਹੁਤ ਹੀ ਵਧੀਆ ਵਿਦੇਸ਼ਾਂ ਦੇ ਵਿੱਚ ਉਹ ਰੋਜ਼ਗਾਰ ਕਮਾ ਰਹੇ ਨੇ ਆਪਣਾ ਸਾਨੂੰ ਬੜਾ ਮਾਣ ਹੁੰਦਾ ਵੀ ਸਾਡੇ ਕੋਲ ਸਾਡੇ ਆਪਣੇ ਬੱਚੇ ਟ੍ਰੇਨ ਕਰਕੇ ਗਏ ਨੇ ਜਿਹੜੇ ਵਧੀਆ ਬੈਲੈਂਸ ਸੈੱਟ ਨੇ ਉੱਥੇ ਜੀ ਸੋ ਹੈਵੀ ਵਹੀਕਲ ਜਿਹੜੇ ਆ ਉਹਨਾਂ ਦੀ ਟ੍ਰੇਨਿੰਗ ਦਾ ਬਹੁਤ ਘੱਟ ਚਾਂਸ ਜਿਹੜਾ ਲੋਕਾਂ ਨੂੰ ਮਿਲ ਪਾਂਦਾ ਲੇਕਿਨ ਇਹਨਾਂ ਨੇ ਪੰਜਾਬ ਦੇ ਇਹਨਾਂ ਚਾਰ ਟ੍ਰੈਕਸ ਦੇ ਵਿੱਚ ਜਿਹੜਾ ਇਹ ਮੌਕਾ ਜਿਹੜਾ ਸਾਰੇ ਪੰਜਾਬੀਆਂ ਨੂੰ ਨਾਰਥਰਨ ਇੰਡੀਆ ਦੇ ਜਿਹੜੇ ਦਰਸ਼ਕ ਜਿਹੜੇ ਸਾਡੇ ਦੇਖ ਰਹੇ ਉਹਨਾਂ ਨੂੰ ਦੇ ਰਹੇ ਆ ਸਵਾਸ ਕਰਦੇ ਆਂ ਕਿ ਦਰਸ਼ਕ ਜ਼ਰੂਰ ਇਹਨਾਂ ਦੀ ਇਸ ਡਰਾਈਵਿੰਗ ਟ੍ਰੇਨਿੰਗ ਦਾ ਫਾਇਦਾ ਵੀ ਉਠਾਣਗੇ ਔਰ ਦੇਸ਼ ਵਿਦੇਸ਼ ਵਿੱਚ ਆਪਣਾ ਕੈਰੀਅਰ ਵੀ ਬਣਾਉਣਗੇ ਸਾਡਾ ਗਲਬਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ